ਕਿਸਾਨ ਭਰਾਵੋ, ਜਦੋਂ ਆਪਾਂ ਕੋਈ ਵੀ ਟਰਾਇਲ ਪਹਿਲੀ ਵਾਰ ਕਰਦੇ ਹਾਂ ਉਹਨੂੰ ਆਪਾਂ ਪੂਰਨ ਤੌਰ 'ਤੇ ਸਫਲ ਨਹੀਂ ਕਹਿ ਸਕਦੇ ਹੁੰਦੇ, ਪਰ ਜਦੋਂ ਆਪਾਂ ਉਹ ਟਰਾਇਲ 2 ਵਾਰ 3 ਵਾਰ 4 5 6 ਵਾਰ ਕਰ ਲੈਂਦੇ ਹਾਂ ਫਿਰ ਆਪਾਂ ਉਹਨੂੰ ਕਹਿ ਸਕਦੇ ਹਾਂ ਕੌਨਫੀਡੈਂਸ ਦੇ ਨਾਲ ਕਿ ਇਸ ਟਰਾਇਲ ਦੇ ਵਿੱਚ ਦਮ ਹੈ। ਆਹ ਸਟੇਜ ਤੁਸੀਂ ਝੋਨੇ ਦੀ ਦੇਖ ਰਹੇ ਹੋ, ਮੇਰਾ ਝੋਨਾ ਤੁਹਾਡੇ ਨਾਲ ਸ਼ਾਇਦ ਪਹਿਲਾਂ ਪੱਕ ਰਿਹਾ ਕਿਉਂਕਿ ਮੈਂ ਪਰਾਲੀ ਨੂੰ ਵਿੱਚ ਵਾਹੁਣਾ ਹੁੰਦਾ ਖੇਤ ਦੇ ਵਿੱਚ ਹੀ, ਅਤੇ ਆਪਾਂ ਅੱਧੇ ਅਕਤੂਬਰ ਝੋਨਾ ਵੱਢ ਲੈਣਾ ਹੁੰਦਾ ਤਾਂ ਕਿ ਉਹਦਾ ਹੱਲ ਕੀਤਾ ਜਾ ਸਕੇ, ਭਾਵੇਂ ਕਿਸੇ ਵੀ ਤਰੀਕੇ ਦੇ ਨਾਲ ਆਪਾਂ ਬਿਜਾਈ ਕਰਦੇ ਹਾਂ। ਪਰ ਤੁਹਾਡਾ ਝੋਨਾ ਜੇ ਲੇਟ ਪੱਕੂਗਾ ਤਾਂ ਤੁਹਾਡੇ ਲਈ ਇਹ ਬੜੇ ਕੰਮ ਦੀ ਵੀਡੀਓ ਹੈ। ਪਲੀਜ਼ ਇਹਨੂੰ ਤੁਸੀਂ ਸਾਰੀ ਨੂੰ ਦੇਖਿਓ ਅਤੇ ਨੇੜਲੇ ਯਾਰ ਦੋਸਤਾਂ ਦੇ ਨਾਲ ਸਾਂਝੀ ਵੀ ਜ਼ਰੂਰ ਕਰ ਲਿਓ, ਕਿਉਂਕਿ ਸਾਂਝੀ ਕਰਨਾ ਤੁਹਾਡੇ ਸ਼ਾਇਦ ਪੈਸੇ ਨਾ ਲੱਗਣ ਪਰ ਜਿਹੜੀ ਤੁਸੀਂ ਇਨਫੋਰਮੇਸ਼ਨ ਸੁਣੋਗੇ ਉਹ ਤੁਹਾਡੇ ਨੇੜਲੇ ਬੰਦਿਆਂ ਕੋਲ ਵੀ ਚਲੀ ਜਾਵੇ। ਇਸ ਸਟੇਜ 'ਤੇ ਆ ਕੇ ਬਹੁਤੇ ਵੀਰ, ਇਸ ਤੋਂ ਪਹਿਲੀ ਸਟੇਜ 'ਤੇ ਆ ਕੇ ਵੀ ਬਹੁਤੇ ਵੀਰ ਇੱਕ ਗਲਤੀ ਕਰ ਦਿੰਦੇ ਆ, ਉਹ ਗਲਤੀ ਦੇ ਨਾਲ ਕਈ ਵਾਰੀ ਤਾਂ ਐਂ ਲੱਗਦਾ ਕਿ ਝੋਨਾ ਹੋਪਰ ਦੀ ਵਜ੍ਹਾ ਕਰਕੇ ਡਿੱਗ ਪਿਆ, ਜਾਂ ਝੋਨੇ ਨੂੰ ਥੱਲਿਓਂ ਗਾਲਾ ਪੈ ਗਿਆ ਜੀ, ਜਾਂ ਝੋਨੇ ਦੇ ਵਿੱਚ ਬੂਟੇ ਸੁੱਕਣ ਲੱਗ ਗਏ। ਇਹ ਸਮੱਸਿਆਵਾਂ ਦਾ ਰੀਜਨ ਕੀ ਹੁੰਦਾ, ਕਾਰਨ ਕੀ ਹੁੰਦਾ? ਹੁਣ ਇਸ ਤੋਂ ਪਹਿਲਾਂ ਭਾਰੀਆਂ ਬਰਸਾਤਾਂ ਹੋ ਕੇ ਹਟੀਆਂ, ਇਹ ਮਿਲਕਿੰਗ ਸਟੇਜ 'ਤੇ ਚੱਲ ਰਿਹਾ ਸੀ, ਉਦੋਂ ਆਹ ਖਾਲਾ ਵੀ ਭਰਿਆ ਹੋਇਆ ਸੀ, ਦੇਖੋ ਖਾਲਾ ਵੀ ਕਾਲੇ ਰੰਗ ਦਾ ਹੋਇਆ ਪਿਆ ਅਤੇ ਮੋਟਰਾਂ ਬੰਦ ਸੀ। ਜੇ ਮੈਂ ਹੁਣ ਇਸ ਸਟੇਜ 'ਤੇ ਜਾ ਕੇ ਵੀ ਇਹਨੂੰ ਪਾਣੀ ਦੇ ਨਾਲ ਭਰ ਦਿਆਂ ਤਾਂ ਮੇਰਾ ਫਾਇਦਾ ਨਹੀਂ ਹੋਣ ਵਾਲਾ, ਸ਼ਾਇਦ ਮੇਰੀ ਮਾਨਸਿਕਤਾ ਦੇ ਵਿੱਚ ਕੋਈ ਕਮੀ ਹੋਊਗੀ ਜਾਂ ਮੈਨੂੰ ਕੋਈ ਸਮਝਣ ਦੇ ਵਿੱਚ ਕਮੀ ਹੋਊਗੀ ਕਿ ਮੈਂ ਪੱਕੇ ਹੋਏ ਝੋਨੇ ਨੂੰ ਵੀ ਪਾਣੀ ਦੇ ਨਾਲ ਭਰ ਰਿਹਾ, ਇੱਥੇ ਮੈਂ ਹੁਣ ਮੋਟਰਾਂ ਮੰਗ ਕੇ ਜਾਂ ਬਾਰੀ ਦਾ ਪਾਣੀ ਪਾਈ ਜਾਵਾਂ। ਦੇਖੋ ਜਿਹੜੇ ਬਾਸਮਤੀ ਝੋਨੇ ਆ ਉਹਨਾਂ ਲਈ ਮੈਂ ਇੱਕ ਬੇਨਤੀ ਹੈ, ਮੇਰਾ ਪਰਸਨਲ ਤਜਰਬਾ, ਕਿ ਜਦੋਂ ਝੋਨਾ ਗੋਹ ਭਰਿਆਵੇ ਬਾਂਸਰੀ ਭਰ ਜੇ, ਝੋਨਾ ਬਾਹਰ ਨਿਕਲਣ ਦੀ ਤਿਆਰੀ ਹੋਵੇ, ਬਰਸਾਤ ਹੋਵੇ, ਜੋ ਹੋਵੇ, ਤੁਸੀਂ ਆਪਦੀ ਚੋਇਸ ਦੇ ਮੁਤਾਬਕ ਮੰਗੀ ਸੈਡ ਕਰਨਾ ਕਰ ਲਓ, ਪਰ ਪਲੀਜ਼ ਉਹਨੂੰ ਮੋਟਰਾਂ ਦਾ ਪਾਣੀ ਹੀ ਲਾਓ, ਉਹਨੂੰ ਨਹਿਰੀ ਪਾਣੀ ਨਾ ਲਾਓ। ਨਹਿਰੀ ਪਾਣੀ ਦੇ ਨਾਲ ਝੋਨਾ ਜ਼ਿਆਦਾ ਕੱਚਾ ਹੋ ਜਾਂਦਾ, ਕਈ ਵਾਰੀ ਝੋਨਾ ਡਿੱਗਣ ਦੀ ਜਿਹੜੀ ਕੰਡੀਸ਼ਨ ਵੀ ਬਣ ਜਾਂਦੀ ਹੈ, ਜਾਂ ਝੋਨਾ ਬੈਠਣ ਦੀ ਜਾਂ ਝੋਨੇ ਦੇ ਵਿੱਚ ਫੰਗਸ ਦਾ ਅਟੈਕ ਹੋਪਰ ਦਾ ਅਟੈਕ ਉਹਦਾ ਵਧਣ ਦਾ ਕਾਰਨ ਇਹ ਹੁੰਦਾ ਕਿ ਨਹਿਰੀ ਪਾਣੀ ਦੇ ਵਿੱਚ ਜਿਹੜਾ ਬਰਸਾਤੀ ਪਾਣੀ ਆ ਰਿਹਾ ਪਿੱਛੋਂ ਉਹਦੇ ਵਿੱਚ ਸਲਫਰ ਵੀ, ਕੈਲਸ਼ੀਅਮ, ਮੈਗਨੀਸ਼ੀਅਮ, ਨਾਈਟ੍ਰੋਜਨ ਸਾਰੇ ਤੱਤ ਆ ਜਿਹੜੇ ਝੋਨੇ ਨੂੰ ਹਰਾ ਕਰਦੇ ਆ, ਕੱਚਾ ਕਰਦੇ ਆ। ਸੋ ਆਪਾਂ ਉਹ ਤੋਂ ਬਚਣਾ, ਗਰੋਥ ਸਟੇਜ 'ਤੇ ਉਹ ਸਾਰੇ ਤੱਤ ਚਾਹੀਦੇ ਹੁੰਦੇ ਆ, ਉਹ ਆਪਾਂ ਦਿੱਤੇ ਹੋਏ ਆ। ਜੇ ਹੁਣ ਆਪਾਂ ਉਹ ਦੇਵਾਂਗੇ ਤਾਂ ਹੋ ਸਕਦਾ ਦਾਣਾ ਫਟੇ, ਫੰਗਸ ਦਾ ਰੋਗ ਜ਼ਿਆਦਾ ਆਵੇ, ਕੋਈ ਹੋਰ ਕੀੜਾ ਮਕੌੜਾ ਵੀ ਜ਼ਿਆਦਾ ਆ ਸਕਦਾ, ਜੇਕਰ ਇਹਦੇ ਵਿੱਚ ਬੇਲੋੜਾ ਰਸ ਬਣੂਗਾ, ਬੇਲੋੜਾ ਸੈਪ ਬਣੂਗਾ ਇਹਦੀਆਂ ਨਾਲਾਂ ਦੇ ਵਿੱਚ, ਤਾਂ ਉਹਨੂੰ ਸਕਿੰਗ ਕਰਨ ਵਾਸਤੇ ਵੀ ਕੋਈ ਨਾ ਕੋਈ ਇਨਸੈਕਟ ਇਹ ਫਸਲ ਆਪਦੇ ਵੱਲ ਆਕਰਸ਼ਿਤ ਕਰ ਲੈਂਦੀ ਆ। ਪਰ ਆਹ ਹੁਣ ਫਸਲ, ਕਿਉਂਕਿ ਮੈਂ ਜਦੋਂ ਤਾਂ ਦੇਖਦਾ ਕਿ ਆਪਾਂ ਕਹਿੰਦੇ ਹੁੰਦੇ ਹਾਂ ਕਿ ਆਹ ਵਰਾਇਟੀ ਜੀ 130 ਦਿਨ ਲੈਂਦੀ ਆ ਜੀ, ਇਹ ਵਰਾਇਟੀ 135 ਦਿਨ ਲੈਂਦੀ ਆ, ਮੁੰਜਰਾਂ ਲਟਕ ਚੁੱਕੀਆਂ। ਹੁਣ ਇੱਕ ਬੂਟੇ ਦੇ ਵਿੱਚ ਜੇ ਆਪਾਂ ਐਵਰੇਜ 15 ਮੁੰਜਰਾਂ ਨੂੰ ਮੰਨ ਲਈਏ ਤਾਂ 15 ਮੁੰਜਰਾਂ ਤੋਂ ਬਾਅਦ ਜਿਹੜੀ ਤਾਂ ਲੇਟ ਮੁੰਜਰਾਂ ਨਿਕਲੀਆਂ 3-4 ਮੁੰਜਰਾਂ, ਉਹਨਾਂ ਨੂੰ ਪੱਕਣ ਲਈ ਵੀ ਉਹੀ ਹੀਟ ਯੂਨਿਟ ਚਾਹੀਦਾ, ਉਹੀ ਧੁੱਪ ਚਾਹੀਦੀ, ਉਹੀ ਪ੍ਰਕਾਸ਼ ਚਾਹੀਦਾ। ਪਰ ਜੇ ਆਪਾਂ ਉਹਨਾਂ ਮੁੰਜਰਾਂ ਦੇ ਭੁਲੇਖੇ ਹੀ ਸਾਰੇ ਖੇਤ ਨੂੰ ਛੱਪੜ ਦੀ ਤਰ੍ਹਾਂ ਭਰ ਦਿੰਦੇ ਹਾਂ ਤਾਂ ਦਿੱਕਤ ਆਊਗੀ, ਉਹਨਾਂ ਦਿੱਕਤਾਂ ਦੇ ਵਿੱਚ ਝੋਨਾ ਬੈਠ ਜਾਣਾ, ਝੋਨੇ ਦੇ ਬੂਟ ਮੁੱਢ ਗਲ ਜਾਣੇ, ਜਾਂ ਵੈਸੇ ਬਰਸਾਤ ਤਾਂ ਆਪਣੇ ਕੰਟਰੋਲ ਦੇ ਵਿੱਚ ਨਹੀਂ ਹੁੰਦੀ, ਜੇ ਬਰਸਾਤ ਜ਼ਿਆਦਾ ਮਾਤਰਾ ਦੇ ਵਿੱਚ ਇਸ ਸਟੇਜ 'ਤੇ ਹੋ ਜਾਵੇ ਉਹ ਵੀ ਖਤਰਨਾਕ ਹੁੰਦੀ ਆ। ਅਤੇ ਜਿਹੜੇ ਵੀਰਾਂ ਨੂੰ ਮੈਂ ਰਿਕੁਐਸਟ ਇਹੀ ਕਰਨਾ ਚਾਹੁੰਦਾ ਕਿ ਜਦੋਂ ਵੀ ਝੋਨੇ ਦੀਆਂ ਮੁੰਜਰਾਂ ਲਟਕਣ ਲੱਗ ਜਾਣ, ਇਹ ਤਾਂ ਬਹੁਤ ਜ਼ਿਆਦਾ ਲਟਕ ਗਈਆਂ, ਇਹ ਤਾਂ ਲਗਭਗ ਅੱਜ ਤੋਂ 15 ਦਿਨਾਂ ਤੱਕ ਇਹਦੀ ਵਾਢੀ ਹੀ ਹੋ ਜਾਣੀ ਆ, ਪਰ ਜਦੋਂ ਜਸਟ ਲਟਕਣੀਆਂ ਹੀ ਸਟਾਰਟ ਕਰਦੀਆਂ, ਜਿਸ ਤਰ੍ਹਾਂ ਇਹ ਮੁੰਜਰ ਇਸ ਤੋਂ ਵੀ ਪਹਿਲਾਂ ਵਾਲੀ ਸਟੇਜ, ਜਿਵੇਂ ਇਹ ਮੁੰਜਰ ਇਹਦੇ ਵਿੱਚ ਹਜੇ ਦਾਣਾ ਉੱਪਰਲੇ ਦਾਣਿਆਂ 'ਚ ਭਰਿਆ, ਇਹਦੇ 'ਤੇ ਦੁੱਧ ਚੱਲ ਰਹੀ ਹੈ, ਕਰੀਮ ਇਹਦੇ ਪਿਛਲੇ ਦਾਣੇ ਆ ਜਿਹੜੇ ਹਜੇ ਨਹੀਂ ਇੰਨੇ ਜ਼ਿਆਦਾ ਭਰੇ, ਤਾਂ ਉਸ ਸਟੇਜ ਦੇ ਉੱਤੇ ਤੁਸੀਂ ਪਾਣੀ ਇਹਨੂੰ ਟੁੱਟਵੇਂ ਲਾਉਣੇ ਆ ਆਪਣੇ ਖੇਤਾਂ ਦੇ ਹਿਸਾਬ ਨਾਲ। ਕਿਸੇ ਕੋਲ ਰੇਤਲੀ ਜ਼ਮੀਨ ਆ, ਕਿਸੇ ਕੋਲ ਡਾਕਰ ਆ, ਚੀਕਣੀ ਹੈ, ਲਾਲ ਮਿੱਟੀ ਹੈ, ਦੋਮਟ ਮਿੱਟੀ, ਜਿਸ ਤਰ੍ਹਾਂ ਦਾ ਵੀ ਖੇਤ ਆ ਆਪਦੇ ਖੇਤ ਦੀ ਪਰਖ ਪਹਿਚਾਣ ਤੁਹਾਨੂੰ ਹੀ ਆ, ਮੈਨੂੰ ਫੋਨ ਕਰੋਗੇ, ਹੋਰ ਕਿਸੇ ਨੂੰ ਕਰੋਗੇ, ਬਾਣੀਏ ਕੋਲ ਜਾਓਗੇ, ਤਾਂ ਇੱਕ ਟੁੱਟਵਾਂ ਇੱਕ ਤੁੱਕੇਬੰਦ ਆਂਸਰ ਮਿਲੂਗਾ, ਉਸ ਆਂਸਰ ਨੂੰ ਮੰਨ ਕੇ ਤੁਸੀਂ ਖਰਚਾ ਕਰਦੇ ਹੋ, ਉਹਨਾਂ 'ਤੇ ਨਾ ਕਰਿਆ ਕਰੋ। ਮੈਂ ਹਮੇਸ਼ਾ ਵੀਡੀਓ ਇਸ ਤਰੀਕੇ ਦੀਆਂ ਪਾਉਣ ਦੀਆਂ ਕੋਸ਼ਿਸ਼ ਕਰਦਾ ਕਿ ਤੁਹਾਡਾ ਹੌਂਸਲਾ ਬਣਿਆ ਰਹੇ ਅਤੇ ਤੁਹਾਨੂੰ ਜਿਹੜੀ
ਜਿਸ ਤਰ੍ਹਾਂ ਦੀ ਵੀ ਜਾਣਕਾਰੀ ਤੁਹਾਨੂੰ ਕਿਤੋਂ ਵੀ ਸੋਰਸ ਤੋਂ ਮਿਲਦੀ ਆ, ਵਟਸਐਪ ਤੋਂ ਮਿਲਦੀ ਆ, ਫੇਸਬੁੱਕ ਗਰੁੱਪ ਤੋਂ ਮਿਲਦੀ ਆ, ਫੇਸਬੁੱਕ ਪੇਜਾਂ ਤੋਂ ਮਿਲਦੀ ਆ, ਤਾਂ ਉਹਦੇ ਕਰਕੇ ਤੁਸੀਂ ਲਾਲਚ ਦੇ ਵਿੱਚ ਆ ਜਾਂਦੇ ਹੋ ਕਈ ਵਾਰੀ ਵੀ ਹੁਣ ਤਾਂ ਆਖਰੀ ਸਪਰੇ ਆ, ਇੱਕ ਤਾਂ ਕਰਨੀ ਕਰਨੀ ਹੈ ਅਤੇ ਉਹਦੇ ਵਿੱਚ ਦੂਜੀ ਵੀ ਮਿਕਸ ਕਰ ਦਿਓ, ਤੀਜੀ ਵੀ ਮਿਕਸ ਕਰ ਦਿਓ। ਜਿਵੇਂ ਹੁਣ ਇੱਕ ਸਮੱਸਿਆ ਆ ਰਹੀ ਹੈ ਕਿ ਬਾਰਿਸ਼ ਹੋ ਕੇ ਹਟੀ ਹੈ, ਕਈ ਥਾਂ ਗੋਭਾ ਸੁੱਕ ਰਹੀਆਂ, ਚਲੋ ਉਹ ਵੱਖਰੇ ਕਾਰਨ ਹੋਣਗੇ, ਪਰ ਜਿਵੇਂ ਆਹ ਦੇਖੋ ਹਰੀ ਮੁੰਜਰ ਆ, ਇਹਦੇ ਦਾਣੇ ਲਗਭਗ ਸਾਫ਼ ਆ, ਪਰ ਜਿਹੜੀ ਮੈਂ ਹੁਣ ਇੱਥੋਂ ਸੁਨਹਿਰੀ ਮੁੰਜਰ ਲਵਾਂ ਤਾਂ ਉਹਦਾ ਕੋਈ ਇੱਕ ਦੋ ਦਾਣੇ ਹੋ ਸਕਦੇ ਆ ਕਿ ਉਹ ਬਦਰੰਗੇ ਹੋਣ, ਜਰ ਰੰਗੇ ਹੋਣ। ਅਗਰ ਉਹਦੇ ਵਿੱਚ ਦੁੱਧ ਭਰ ਗਿਆ, ਦਾਣਾ ਭਾਰਾ ਹੋ ਗਿਆ, ਤਾਂ ਉਹ ਕਬੈਨ ਦੀ ਟੈਂਕੀ 'ਚ ਜਾਊਗਾ, ਉਹ ਮੰਡੀ ਵੀ ਜਾਊਗਾ, ਉਹ ਮੰਡੀ ਤੋਂ ਬਾਅਦ ਜਿਹੜਾ ਪੱਖਾ ਲਾ ਕੇ ਉਸ ਤੋਂ ਬਾਅਦ ਗੱਟਾਂ 'ਚ ਵੀ ਭਰਿਆ ਜਾਊਗਾ, ਕੋਈ ਦਿੱਕਤ ਨਹੀਂ ਆਉਂਦੀ। ਆਏ ਸਾਰੀ ਦਿੱਕਤ ਆਉਂਦੀ ਹੈ, ਉਹਨੂੰ ਠੀਕ ਕਰਨ ਦੇ ਬਹਾਨੇ ਤੁਸੀਂ ਢੋਲੀ ਨਾ ਚੱਕਿਆ ਕਰੋ। ਜਿਹੜਾ ਤੁਹਾਡਾ ਖੇਤ ਦੇ ਵਿੱਚ ਜੇ ਕੋਈ 2-4 ਕਿਲੋ ਝੋਨੇ ਦਾ ਨੁਕਸਾਨ ਹੋਣਾ ਤਾਂ ਤੁਸੀਂ ਬੰਦੇ ਵਾੜੋਗੇ ਸਪਰੇਅ ਕਰਨ ਦੇ ਲਈ ਇਸ ਸਟੇਜ ਦੇ ਉੱਤੇ, ਭਾਵੇਂ ਹੋਪਰ ਦੀ ਭਾਵੇਂ ਕਾਸੇ ਹੋਰ ਦੀ ਹੈ, ਉਹਦਾ ਡਿਸੀਜਨ ਲੈਣਾ ਤੁਹਾਨੂੰ ਬੜਾ ਸਪੱਸ਼ਟ ਹੋਣਾ ਚਾਹੀਦਾ ਕਿ ਜਿੰਨਾ ਕੁ ਨੁਕਸਾਨ ਫਸਲ ਦੇ ਵਿੱਚ ਆਪਾਂ ਰੋਕਣ ਦੀ ਕੋਸ਼ਿਸ਼ ਕਰ ਰਹੇ ਹਾਂ, ਉਹਨਾਂ ਦਾ ਫਸਲ ਨੂੰ ਆਪਾਂ ਤੋੜ ਕੇ ਹੀ ਕਰ ਦੇਣਾ। ਸੋ ਇਹ ਜਾਣਕਾਰੀਆਂ ਤੁਹਾਡੇ ਨਾਲ ਸਾਂਝੀਆਂ ਕਰਨੀਆਂ ਸੀ। ਸੋ ਇਹ ਜਾਣਕਾਰੀਆਂ ਤੁਸੀਂ ਆਪਣੇ ਨੇੜਲੇ ਯਾਰਾਂ ਨਾਲ ਵੀ ਸਾਂਝੀਆਂ ਜ਼ਰੂਰ ਕਰ ਲਿਓ ਕਿ ਹਰ ਕੰਮ ਢੋਲੀ ਦੇ ਨਾਲ ਹੱਲ ਨਹੀਂ ਹੁੰਦਾ, ਹਰ ਮਸਲਾ ਸਪਰੇਅ ਦੇ ਨਾਲ ਹੱਲ ਨਹੀਂ ਹੁੰਦਾ, ਅਤੇ ਹਰ ਇੱਕ ਮਸਲੇ ਨੂੰ ਠੀਕ ਕਰਨ ਦਾ ਇੱਕ ਸਮਾਂ ਹੁੰਦਾ। ਜੇ ਉਹ ਸਮਾਂ ਤੁਹਾਡੇ ਹੱਥ ਵਿੱਚੋਂ ਖੁੰਝ ਜਾਂਦਾ ਤਾਂ ਤੁਸੀਂ ਉਸ 'ਤੇ ਜਿਹੜਾ ਵੀ ਬਣਦਾ ਨੁਕਸਾਨ ਆ ਜਾਂ ਉਹ ਮੁਆਵਜ਼ਾ ਤੁਹਾਨੂੰ ਜਿਹੜਾ ਖਮਿਆਜ਼ਾ ਉਹ ਤੁਹਾਨੂੰ ਭੁਗਤਣਾ ਹੀ ਪੈਂਦਾ।